ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਤੇ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਕੁਝ ਸੀਟਸ ਨੂੰ ਲੈ ਕੇ ਸਟੂਡੈਂਟਸ ਦੇ ਮਨ ਵਿੱਚ ਹੁਣ ਸਵਾਲ ਨੇ ਕਿ ਸੀਟਸ ਜਿਵੇਂ ਲਿミਟਿਡ ਕੀਤੀਆਂ ਗਈਆਂ ਨੇ ਪਰ ਕਿਹੜੀ ਜਗ੍ਹਾ ਤੇ ਸੀਟਸ ਨੂੰ ਲੈ ਕੇ ਚੰਗੇ ਮੌਕੇ ਜ਼ਰੂਰ ਮਿਲ ਰਹੇ ਨੇ ਪਰ ਕਿਹੜੇ ਕੋਰਸੇਸ ਉੱਪਰ ਜ਼ਿਆਦਾ ਇੱਥੇ ਧਿਆਨ ਦੇਣਾ ਚਾਹੀਦਾ ਹੈ ਇਹ ਬਹੁਤ ਵੱਡਾ ਸਵਾਲ ਔਰ ਸਟੂਡੈਂਟਸ ਨੂੰ ਇਹ ਜੋ ਪਰ ਫੋਕਸ ਜ਼ਰੂਰ ਕਰਨਾ ਚਾਹੀਦਾ ਹੈ ਕਿ ਸੀਟਸ ਲਿミਟਿਡ ਨੇ ਅਪਲਾਈ ਤਾਂ ਕਰਨਾ ਹੈ ਸਟੂਡੈਂਟ ਡੇ ਸਾਰੀ ਐਪਲੀਕੇਸ਼ਨ ਜ਼ਰੂਰ ਲੱਗ ਰਹੀਆਂ ਨੇ ਪਰ ਨਾਲ ਦੇ ਨਾਲ ਕੋਰਸੇਸ ਕਿਹੜੇ ਤੁਸੀਂ ਸਿਲੈਕਟ ਕਰਕੇ ਅੱਗੇ ਵਧੋ ਅੱਜ ਦੀ ਵੀਡੀਓ ਵਿੱਚ ਖਾਸ ਇਨਫੋਰਮੇਸ਼ਨ ਤਾਂ ਰਹੇਗੀ ਹੀ ਕੈਨੇਡਾ ਅਗਰ ਤੁਸੀਂ ਜਾਣਾ ਹੈ ਕਿਵੇਂ ਸਹੀ ਸਿਲੇਕਸ਼ਨ ਕਰਨੀ ਹੈ ਪਰ ਖਾਸ ਇਨਫੋਰਮੇਸ਼ਨ ਇੱਕ ਖਾਸ ਸੈਮੀਨਾਰ ਨੂੰ ਲੈ ਕੇ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਟੂਡੈਂਟ ਇਸ ਸੈਮੀਨਾਰ ਦਾ ਵੀ ਫਾਇਦਾ ਲੈ ਸਕਣਗੇ ਜੋ ਕਿ 2 April ਨੂੰ ਹੋਏਗਾ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਡੇ ਸਾਰੇ ਇਨਫੋਰਮੇਸ਼ਨ ਤੁਹਾਨੂੰ ਇਸ ਸੈਮੀਨਾਰ ਤੋਂ ਜ਼ਰੂਰ ਮਿਲਣ ਵਾਲੀ ਹੈ ਇੱਕ ਹੋਰ ਸੈਮੀਨਾਰ ਦੀ ਇਨਫੋਰਮੇਸ਼ਨ ਸਾਂਝੀ ਕਰਾਂਗੇ ਜੋ ਕਿ 10 April ਨੂੰ ਹੋਣ ਵਾਲਾ ਹੈ ਯੂਕੇ ਨੂੰ ਲੈ ਕੇ ਹਾਲਾਂਕਿ ਉਹਦੇ ਵਿੱਚ ਵੀ ਚੰਗੀਆਂ ਆਪਸ਼ਨ ਤੁਹਾਨੂੰ ਪਤਾ ਚੱਲ ਸਕਣਗੀਆਂ ਸੋ ਅੱਜ ਓਵਰਆਲ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਵੱਖ-ਵੱਖ ਕੋਰਸੇਜ਼ ਨੂੰ ਲੈ ਕੇ ਓਵਰਆਲ ਪ੍ਰੋਸੈਸ ਨੂੰ ਲੈ ਕੇ ਪੂਰੀ ਇਨਫੋਰਮੇਸ਼ਨ ਤੁਹਾਡਾਂ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲਡ ਮੈਮ ਸਾਡੇ ਨਾਲ ਨੇ ਬਹੁਤ-ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸੋ ਮੈਮ ਪਹਿਲਾਂ ਤਾਂ ਇਹ ਗੱਲ ਕਰੀਏ ਕਿ ਜਦੋਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਅੱਜ ਕੱਲ ਸਟੂਡੈਂਟ 온ਟਾਰੀਓ ਵੱਲ ਬਹੁਤ ਜ਼ਿਆਦਾ ਫੋਕਸ ਕਰ ਰਹੇ ਨੇ ਸਾਡੇ ਕੋਲ ਵੀ ਸਵਾਲ ਆ ਰਹੇ ਨੇ ਸੀਟਸ ਜੋ ਹੈ ਉਥੇ ਕਾਫੀ ਮੌਕੇ ਜੋ ਹੈ ਸਟੂਡੈਂਟਸ ਨੂੰ ਦਿਖ ਰਹੇ ਨੇ ਸੀਟਸ ਨੂੰ ਲੈ ਕੇ ਪਰ ਇੱਥੇ ਕਿਹੜੇ-ਕਿਹੜੇ ਚੰਗੇ ਕੋਰਸਿਸ ਦੇ ਨਾਲ ਲੱਗੇ ਵਧਿਆ ਜਾ ਸਕਦਾ ਇੱਕ ਹੋਰ ਸਟੂਡੈਂਟ ਦੇ ਮਨ ਵਿੱਚ ਸਵਾਲ ਨੇ ਜਿਹੜੇ ਸਾਡੇ ਤੱਕ ਵੀ ਪਹੁੰਚ ਰਹੇ ਨੇ ਕਮੈਂਟਸ ਦੇ ਜ਼ਰੀਏ ਕਿ ਜਿੱਥੇ ਘੱਟ ਜੀਆਈਸੀ ਹੋਵੇ ਖਰਚੇ ਘੱਟ ਹੋਣ ਪਰ ਬੈਨੀਫਿਟ ਉਹਨਾਂ ਨੂੰ ਸਾਰੇ ਹੀ ਮਿਲ ਰਹੇ ਹੋਣ ਅਜਿਹੇ ਆਪਸ਼ਨਸ ਬਾਰੇ ਵੀ ਸਟੂਡੈਂਟ ਜ਼ਰੂਰ ਸਮਝ ਇਸਲਾ ਤੁਹਾਡੇ ਵੱਲੋਂ ਹੀ ਸਟੂਡੈਂਟਸ ਤੱਕ ਪਹੁੰਚਾਈ ਜਾਵੇ। ਦੇਖੋ ਹਰ ਜੋਤ ਹਰ ਸਟੇਟ ਨੂੰ ਕੈਨੇਡਾ ਦੇ ਵਿੱਚ ਸੀਟਸ ਕੋਟਾ ਜਿੰਨੂੰ ਕਿਹਾ ਜਾਏ ਅਲੋਕੇਟ ਹੋ ਚੁੱਕਿਆ ਹੈ। ਜੀ। ਔਰ ਅਟੈਸਟੇਸ਼ਨ ਸਾਰਿਆਂ ਨੇ ਕਰਨੀ ਹੈ ਕਿਉਬੇਕ ਨੂੰ ਲੈ ਕੇ ਕਿਉਂਕਿ ਕਿਉਬੇਕ ਦਾ ਪਹਿਲੇ ਹੀ ਸੀਕੂ ਹੈ ਤੇ ਉਹਦੀ ਕੋਈ ਜ਼ਰੂਰਤ ਨਹੀਂ ਹੈ। ਅਨਟਾਰੀਓ ਨੂੰ ਸਭ ਤੋਂ ਜ਼ਿਆਦਾ ਸੀਟ ਦਿੱਤੀ ਗਈ ਉਹਦਾ ਰੀਜ਼ਨ ਹੈ ਪਾਪੂਲੇਸ਼ਨ ਨੂੰ ਦੇਖਦੇ ਹੋਏ ਸੀਟਸ ਦਾ ਪਰਪੋਰਸ਼ਨ ਬਣਾਇਆ ਗਿਆ ਜਿੱਥੇ ਜਿੰਨੀ ਪਪੂਲੇਸ਼ਨ ਆ ਉਹਦੇ ਹਿਸਾਬ ਨਾਲ ਠੀਕ ਹੈ ਹੁਣ ਜਿਹੜਾ ਇਸ ਟਾਈਮ ਮੁੱਦਾ ਇਹ ਹੈ ਕਿ ਜਿਹੜਾ ਵੀ ਸਟੂਡੈਂਟ ਜਾਏਗਾ ਸੀਟਸ ਘੱਟ ਮਤਲਬ ਕੋਟਾ ਕੁਝ ਘੱਟ ਹੋਇਆ ਹੈ ਔਰ ਹਰ ਕਾਲਜ ਨੂੰ ਜਿਹੜੀਆਂ ਕੁਝ ਸੀਟਸ ਅਲਾਟ ਕੀਤੀ ਗਈਆਂ 235000 ਅੰਤਾਰੀਆਂ ਨੂੰ ਇਕੱਲੇ ਨੂੰ ਦਿੱਤੀ ਗਈ ਹੈ 93000 ਜਿਹੜੀ ਹੈ ਆ ਬੀਸੀ ਨੂੰ ਦਿੱਤੀ ਗਈ ਹੈ ਅਨਟਾਰੀਓ ਦੇ ਵਿੱਚ ਜਿਹੜੇ ਪ੍ਰਾਈਵੇਟ ਕਾਲਜਿਸ ਆ 1 ਇਅਰ ਵਾਸਤੇ ਉਹ ਸਸਪੈਂਡ ਕਰ ਦਿੱਤੇ ਗਏ ਆ ਤੇ ਸਾਰਾ ਕੋਟਾ ਗਵਰਨਮੈਂਟ ਕਾਲਜਿਸ ਦੇ ਵਿੱਚ ਹੈ ਹੁਣ ਜੇ ਤੁਸੀਂ ਦੇਖੋ ਕਿ ਸਟੂਡੈਂਟ ਜਿਹੜਾ ਕਿਉਂਕਿ ਮੈਕਸਿਮਮ ਕਾਲਜਿਸ ਵੀ ਅਨਟਾਰੀਓ ਦੇ ਵਿੱਚ ਆ ਉਹ ਚਾਹੇ ਹੁਣ ਸਸਕੇਚਵਨ ਜਾਣ ਚਾਹੇ ਅਲਬਰਟਾ ਜਾਣ ਹੁਣ ਤੁਸੀਂ ਦੇਖੋ ਕਿ ਸਸਕੇਚਵਨ ਦੇ ਵਿੱਚ ਜੇ ਬੱਚਾ ਜਾਂਦਾ ਹੈ 1 ਇਅਰ ਦੇ ਬਾਅਦ 100% ਗੈਰੰਟੀਡ ਪੀਆਰ ਪਾ ਸਕਦਾ ਹੈ ਕੋਈ ਮਰਜੀ ਸਟੂਡੈਂਟ ਚ ਬੱਚਾ ਜਾਏ ਅਲਬਰਟਾ ਜਾਏ ਉੱਥੇ ਅਲਬਰਟਾ ਰੂਰਲ ਪ੍ਰੋਗਰਾਮ ਹੈ ਅਲਬਰਟਾ ਟੈਕ ਪ੍ਰੋਗਰਾਮ ਹੈ ਪੀਆਰ ਪਾਂਦੇ ਉਹਨਾਂ ਦੇ ਵਿੱਚ ਪਾ ਸਕਦਾ ਹੈ देयर आर ਟੂ ਥਿੰਗਸ ਵਨ ਇਜ਼ ਕਿ ਤੁਸੀਂ ਜਾ ਰਹੇ ਹੋ ਔਰ ਤੁਹਾਡਾ ਆਬਜੈਕਟਿਵ ਉੱਥੇ ਪੜਨਾ ਫਿਰ ਸੈਟਲ ਹੋਣਾ ਅਦਰ ਵਨ ਇਜ਼ ਕੋਰਸ ਬਹੁਤ ਅੱਛਾ ਹੋਣਾ ਚਾਹੀਦਾ ਦਨ ਪੀਆਰ ਨੈਚੁਰਲ ਮੈਂ ਪ੍ਰੇਫਰ ਕਰਦੀਆਂ ਜਿਹੜੇ ਸਟੂਡੈਂਟਸ ਕੋਰਸ ਵੀ ਅੱਛਾ ਲੈਣ ਜਿੱਦਾਂ ਤੁਹਾਡੇ ਹੋ ਗਏ ਆ ਕੁਝ ਕੋਰਸਸ ਸਾਈਬਰ ਸਕਿਉਰਿਟੀ ਹਰ ਵਾਰੀ ਮੈਂ ਦੱਸਦੀ ਆ ਮੇਰਾ ਮਨ ਪਸੰਦ ਕੋਰਸ ਹੈ ਜੀ ਮਸ਼ੀਨ ਲਰਨਿੰਗ ਕੁਛ ਏਦਾਂ ਦੇ ਕੋਰਸਸ ਹੋ ਗਏ ਠੀਕ ਹੈ ਮਕੈਨੀਕਲ ਤੋਂ ਰਿਲੇਟਡ ਹੋ ਗਏ ਤੁਸੀਂ ਏਦਾਂ ਦੇ ਕੋਰਸ ਲੋ ਜਿਹੜੇ ਜੌਬ ਮਾਰਕੀਟ ਦੇ ਸ਼ਾਰਟੇਜ ਹੈ ਕਿਉਂਕਿ ਪੇਰੈਂਟਸ ਦੀ ਹਾਰਡ ਅੰਡ ਇਨਕਮ ਲਗਾ ਰਹੇ ਹੋ ਤੁਸੀਂ ਜੇ ਤੁਸੀਂ ਪੇਰੈਂਟਸ ਦੀ ਹਾਰਡ ਅੰਡ ਇਨਕਮ ਲਗਾ ਰਹੇ ਹੋ ਔਰ ਨੈਚੁਰਲ ਸਟੂਡੈਂਟ ਲਾਈਫ ਹੈ ਸਟਰਗਲਿੰਗ ਲਾਈਫ ਹੁੰਦੀ ਹੈ ਉੱਥੇ ਤੁਹਾਨੂੰ ਡਾਲਰ ਦੀ ਵੈਲਿਊ ਪਤਾ ਚੱਲਦੀ ਆ ਜਦ ਤੁਸੀਂ 1 ਡਾਲਰ ਦਾ ਮਤਲਬ 62 63 ਰੁਪਏ ਐਟ ਅ ਟਾਈਮ ਖਰਚ ਕਰ ਰਹੇ ਹੋ ਵੀ April ਨੂੰ ਸਾਡਾ ਕੈਨੇਡਾ ਦਾ ਸੈਮੀਨਾਰ ਆ ਹੋ ਰਿਹਾ ਉਹਦੇ ਵਿੱਚ ਰੈਪ ਸਾਰੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ ਜਦ ਸਟੂਡੈਂਟ 62 38 ਰੁਪਏ 1 ਡਾਲਰ ਖਰਚ ਕਰਦਾ ਇੱਕ ਮਿੰਟ ਚ ਮਤਲਬ ਕੋਈ ਵੀ ਚੀਜ਼ 5 ਡਾਲਰ ਤੋਂ ਘੱਟ ਨਹੀਂ ਆਉਂਦੀ 350 400 ਰੁਪਏ 댓 मींस की ਤੁਹਾਡਾ ਗਰੋਸਰੀ ਦਾ ਵੀ ਜਾਨਣਾ ਹੈ ਰੈਂਟ ਵੀ ਜਾਨਣਾ ਸਟਰਗਲਿੰਗ ਲਾਈਫ ਹੁੰਦੀ ਹੈ ਉਹਦੇ ਵਾਸਤੇ ਮੈਂਟਲੀ ਪ੍ਰੇਪੇਅਰ ਹੋ ਕੇ ਜਾਣਾ ਹੈ ਕਿ ਉਹ ਇੱਥੇ ਤੁਸੀਂ ਪਾਣੀ ਦਾ ਗਲਾਸ ਨਹੀਂ ਆਪਣੇ ਹੱਥੋਂ ਫੜਿਆ ਉੱਥੇ ਜਾ ਕੇ ਯੂ ਹੈਵ ਟੂ ਵਰਕ ਆਪਣਾ ਵੀ ਕੰਮ ਕਰਨਾ ਹੈ ਕਾਲਜ ਦੀ ਪੜਾਈ ਵੀ ਕਰਨੀ ਹੈ ਔਰ ਜੇ 20 ਆਵਰਸ ਵਰਕ ਪਰਮਿਟ ਹੈ ਉਹ ਵੀ ਅਪੀਲ ਕਰਨਾ ਹੈ ਤੇ ਯੂ ਹੈਵ ਟੂ ਵਰਕ ਆਊਟਸਾਈਡ ਇਹ ਸਾਰੇ ਫੈਕਟਰਸ ਦੇਖਦੇ ਹੋਏ ਤੇ ਕਿਉਂ ਨਾ ਕੋਰਸ ਇੰਨਾ ਅੱਛਾ ਲਿੱਤਾ ਜਾਏ ਜਿਹਦਾ ਕਰਕੇ ਬਿਲਕੁਲ ਤੁਹਾਡੇ ਜਸ ਸਾਲ ਤੁਸੀਂ ਥੋੜਾ ਕੰਮ ਕਰ ਲਿਆ ਜੀਆਈਸੀ ਤੁਹਾਡੇ ਖਾਤੇ ਚ ਗਈ ਹੋਈ ਹੈ ਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ ਬਟ ਆਪਣੇ ਆਪ ਨੂੰ ਪੜਾਈ ਕਰਕੇ ਸੈਟਲਮੈਂਟ ਦੀ ਤਰਫ ਜਾਓਗੇ ਤੇ ਜਿਹੜਾ ਜਦ ਪੜਾਈ ਖਤਮ ਕਰੋਗੇ ਪੀਆਰ ਮਿਲ ਜਾਗੀ ਤੁਹਾਨੂੰ ਜੌਬ ਬਹੁਤ ਅੱਛੀ ਮਿਲੇਗੀ ਇੱਕ ਬੱਚੇ ਨੂੰ ਜੌਬ ਮਿਲਦੀ ਹੈ 35-40 ਹਜ਼ਾਰ ਡਾਲਰ ਦੀ ਦੂਸਰੇ ਨੂੰ ਮਿਲਦੀ 80 ਹਜ਼ਾਰ ਡਾਲਰ ਦੀ ਮਤਲਬ 40 ਹਜ਼ਾਰ ਡਾਲਰ ਦਾ ਇੱਕਦਮ ਫਰਕ ਪੈ ਗਿਆ 25-30 ਲਗਦਾ ਤੇ ਤੁਸੀਂ ਨੈਚੁਰਲ ਆ 5-7 ਲੱਖ ਰੁਪਏ ਬਚਾਨ ਵਾਸਤੇ ਤੁਸੀਂ ਜਿਹੜਾ 40 25-30 ਲੱਖ ਰੁਪਏ ਤੇ ਖਰਾਬ ਨਹੀਂ ਕਰੋਗੇ ਤੇ ਇਹਦੀ ਇਨਾ ਮੈਂ ਜਦ ਤੁਸੀਂ ਜਦ ਤੁਹਾਡੇ ਪ੍ਰਮੋਸ਼ਨਸ ਹੁੰਦੀਆਂ ਤੇ ਤੁਸੀਂ ਇਹ ਦੇਖੋ ਉਸੇ ਪ੍ਰੋਪੋਰਸ਼ਨ ਨਾਲ ਤੁਹਾਡੀ ਆ ਜਿਹੜੀ ਐ ਸੈਲਰੀਆਂ ਵੱਧਦੀਆਂ ਜਦ ਤੁਸੀਂ ਕੋਈ 빅 ਡਾਟਾ AI ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਮਕੈਨੀਕਲ ਰਿਲੇਟਡ ਕੋਰਸਸ ਦੇ ਵਿੱਚ ਉਹ ਅੱਜ ਕੱਲ ਕੰਸਟਰਕਸ਼ਨ ਦਾ ਬਹੁਤ ਚੱਲ ਰਿਹਾ ਆਲ ਓਵਰ ਵਰਲਡ ਔਰ ਹਮੇਸ਼ਾ ਹੀ ਚੱਲਦਾ ਕਿਉਂਕਿ ਪੋਪੂਲੇਸ਼ਨ ਵੱਧ ਰਹੀ ਹੈ ਤੇ ਨੇਚਰਲ ਐ ਕੰਸਟਰਕਕਸ਼ਨ ਰਿਲੇਟਡ ਚਾਹੇ ਉਹ ਇੰਡਸਟਰੀ ਰਿਲੇਟਡ ਹੋਏ ਚਾਹੇ ਹਾਊਸਿੰਗ ਰਿਲੇਟਡ ਹੋਏ ਕੰਸਟਰਕਸ਼ਨ ਦਾ ਕੰਮ ਹਮੇਸ਼ਾ ਹੀ ਵਧਣਾ ਉਹਦੇ ਵਿੱਚ ਡਾਊਨਫਾਲ ਬਹੁਤ ਘੱਟ ਆਂਦਾ ਹੈ ਇਦਾਂ ਦੇ ਕੋਰਸਸ ਲੋ ਜਿਹਦੇ ਵਿੱਚ ਤੁਹਾਡੀ ਜਿਹੜੀ ਐ ਸੈਟਲਮੈਂਟ ਬਹੁਤ ਅੱਛੀ ਹੋਏ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਕੈਨੇਡਾ ਦੇ ਵਿੱਚ ਅਨਇੰਪਲॉयਮੈਂਟ ਹੈ ਉਹ ਵੀਡੀਓ ਦੇਖਣਾ ਤੁਸੀਂ ਛੱਡ ਦਿਓ ਕਿਉਂਕਿ 네ਗੇਟਿਵ ਵੀਡੀਓਜ਼ ਨੂੰ ਰਿਵਿਊਜ਼ ਜ਼ਿਆਦਾ ਮਿਲਦੇ ਆ ਇਸ ਕਰਕੇ 네ਗੇਟਿਵ ਵੀਡੀਓਜ਼ ਪਾਈ ਜਾਂਦੀਆਂ ਕਿਉਂਕਿ ਉਹ ਬਲੌਗਰ ਆ ਉਹਨਾਂ ਨੂੰ ਰਿਵਿਊਜ਼ ਜ਼ਿਆਦਾ ਮਿਲ ਰਹੇ ਆ ਸਾਡੇ ਸਿੰਗਲ ਸਟੂਡੈਂਟ ਦੀ ਕੰਪਲੇਂਟ ਨਹੀਂ ਹੈ ਇਦਾਂ ਦੀ ਤੁਸੀਂ ਹਾਂ ਕੋਈ ਵੀ ਸਟੂਡੈਂਟ ਜਾਣਦੇ ਸਾਰ ਕਿਸੇ ਨੂੰ ਕੰਮ ਨਹੀਂ ਮਿਲੇਗਾ ਇਹ ਬੜਾ ਕਲੀਅਰ ਯਾਦ ਰੱਖੋ 3 4 5 ਮਹੀਨੇ ਤੁਹਾਨੂੰ ਨਵੀਂ ਜਗ੍ਹਾ ਸੈਟਲਮੈਂਟ 'ਚ ਲੱਗ ਸਕਦੇ ਆ ਫੋਰਸ ਅੱਛਾ ਕਰੋ ਸੈਪਟੈਂਬਰ ਇਨਟੇਕ ਬਹੁਤ ਨਜ਼ਦੀਕ ਹੈ ਔਰ ਕਿਉਂਕਿ ਬੱਚੇ ਘਟ ਅਪਲਾਈ ਕਰਨਗੇ ਤੁਹਾਡਾ 100% ਵੀਜ਼ਾ ਲੱਗੇਗਾ ਇੱਥੇ ਕੋਟੇ ਦੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਆਏ ਜੀ ਮੈਮ ਇੱਥੇ ਜ਼ਰੂਰ ਜਿਹੜਾ ਇੱਕ ਸੈਮੀਨਾਰ ਖਾਸਔਰਤੇ ਤੁਹਾਡੇ ਵੱਲੋਂ ਤੁਹਾਡੀ ਕੰਪਨੀ ਵੱਲੋਂ ਨੈਵੀਗੇਟਰ ਓਵਰਸੀਜ਼ ਵੱਲੋਂ ਕਰਵਾਇਆ ਜਾ ਰਿਹਾ ਹੈ 20 ਅਪ੍ਰੈਲ ਨੂੰ ਕੈਨੇਡਾ ਨੂੰ ਲੈ ਕੇ ਇਸ ਵਿੱਚ ਕੀ ਖਾਸ ਰਹਿਣ ਵਾਲਾ ਔਰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਔਰ ਕਿਸ ਤਰ੍ਹਾਂ ਦੀ ਸਰਵਿਸਿਸ ਇਸ ਸੈਮੀਨਾਰ ਤੋਂ ਸਟੂਡੈਂਟਸ ਨੂੰ ਮਿਲ ਸਕਦੀ ਹੈ ਦੇਖੋ ਮਾਹਿਰ ਸਲਾਹਕਾਰ ਸਾਡੇ ਉਸਦੇ ਨਾਲ ਬੈਠਣਗੇ ਕੈਨੇਡੀਅਨ ਕਾਲਜਸ ਦੇ ਰਿਪਰੈਜ਼ੈਂਟੈਂਟ ਮੈ ਰਿਪਰੈਜ਼ੈਂਟੇਟਿਵ ਆਣਗੇ ਕੋਰਸਿਸ ਦੇ ਬੈਨੀਫਿਟ ਦੱਸੇ ਜਾਣਗੇ ਉਹਨਾਂ ਦੇ ਜਿਹੜੇ ਪ੍ਰੋਫਾਈਲ ਤੋਂ ਰਿਲੇਟਡ ਕੋਰਸਿਸ ਕੀ ਹੈ ਇਸ ਕੋਰਸ ਕਰਕੇ ਨੂੰ ਕਿਦਾਂ ਬੈਨੀਫਿਟ ਮਿਲ ਸਕਦਾ ਸਕਾਲਰਸ਼ਿਪ ਮਿਲ ਸਕਦੀ ਹੈ ਔਰ ਤੁਹਾਡੀ ਐਪਲੀਕੇਸ਼ਨ ਫੀ ਵੇਵਰ ਹੋ ਸਕਦੀ ਹੈ ਐਦਾਂ ਦੀ ਬਹੁਤ ਸਾਰੀ ਚੀਜ਼ਾਂ ਹੈ ਜਿਹੜਾ ਸਟੂਡੈਂਟ ਜਦ ਆਂਦਾ ਹੈ ਉਸੇ ਟਾਈਮ ਬੈਨੀਫਿਟ ਉਠਾ ਸਕਦਾ ਕੋਈ ਸਟੂਡੈਂਟ ਨਹੀਂ ਆ ਸਕਦਾ ਸਾਡੇ ਜਿਹੜੇ ਰੈਪਸ ਆਣਗੇ ਉਹ ਜ਼ੂਮ ਮੀਟਿੰਗ ਨਾਲ ਤੁਹਾਨੂੰ ਇਨਫੋਰਮੇਸ਼ਨ ਦੇ ਸਕਦੇ ਆ ਜਾਂ ਕਿਸੇ ਦੇ ਕੋਈ ਮਸਬੂਰੀ ਹੈ ओके okay. ठीक है सो देखो मैं फिर तो नू, नू दस देनी है तारीख 20 अप्रैल ਨੂੰ ਕੈਨੇਡਾ ਨੂੰ ਲੈ ਕੇ ਇੱਕ ਸੈਮੀਨਾਰ ਨੈਵੀਗੇਟਰਸ ਓਵਰਸੀਜ਼ ਦਾ ਆਫਿਸ ਕਰਵਾਇਆ ਜਾ ਰਿਹਾ ਹੈ ਸਟੂਡੈਂਟਸ ਇੱਥੇ ਪਹੁੰਚ ਸਕਦੇ ਨੇ ਔਰ ਨਾਲ ਦੀ ਨਾਲ 10 ਅਪ੍ਰੈਲ ਨੂੰ 20 ਅਪ੍ਰੈਲ ਤੋਂ ਪਹਿਲਾਂ 10 ਅਪ੍ਰੈਲ ਨੂੰ ਯੂਕੇ ਨੂੰ ਲੈ ਕੇ ਵੀ ਇੱਕ ਸਪੈਸ਼ਲ ਸੈਮੀਨਾਰ ਹੈ ਨੈਵੀਗੇਟਰਸ ਓਵਰਸੀਜ਼ ਦਾ ਆਫਿਸ ਹੀ ਇੱਥੇ ਤੁਸੀਂ ਪਹੁੰਚੋ ਔਰ ਪੂਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਔਰ ਮੈਮ ਕਿਹੜੀ ਕਿਹੜੀ ਕਿਹੜੇ ਕਿਹੜੇ ਰੈਪਸ ਇੱਥੇ ਪਹੁੰਚ ਰਹੇ ਨੇ ਖਾਸ ਕਾਫੀ سارے ਰੈਪਸ ਪਹੁੰਚ ਰਹੇ ਸਸਕੇਚਵਨ ਤੋਂ ਆ ਰਹੇ ਆ অন্ਟਾਰੀਓ ਤੋਂ ਆ ਰਹੇ ਆ ਅਲਬਰਟਾ ਤੋਂ ਆ ਬਹੁਤ ਸਾਰੇ ਅਪਸਰ ਜੀ ਚਲੋ ਠੀਕ ਹੈ ਹੋਰ ਇਨਫੋਰਮੇਸ਼ਨ ਦੇ ਲਈ ਤੁਸੀਂ ਜਿਹੜਾ ਨੰਬਰ ਡਿਸਪਲੇਸ ਉੱਪਰ ਕਾਲ ਕਰ ਸਕਦੇ ਹੋ ਨੈਵੀਗੇਟਰਸ ਓਵਰਸੀ ਸੀ ਟੀਮ ਦੇ ਨਾਲ ਕੰਟੈਕਟ ਕਰਕੇ ਤੁਹਾਡੀ ਕੋਈ ਵੀ ਕੁਐਰੀ ਹੈ ਉਜ਼ਾ ਤੁਸੀਂ ਜ਼ਰੂਰ ਜਵਾਬ ਲੈ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਂ ਮੈਂ ਪੂਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨ ਦੇ ਲਈ ਅਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ